ਆਪਾਂ ਸਭ ਤੋਂ ਵੱਧ ਸੁਰੱਖਿਅਤ ਸਮਝਦੇ ਹਾਂ ਧਾਰਮਿਕ ਸਥਾਨ। जी ਜਦੋਂ ਧਾਰਮਿਕ ਸਥਾਨ ਤੇ ਕੋਈ ਧੀ ਭੈਣ ਬੱਚਾ ਬੇਟੀ ਬੇਟਾ ਕੋਈ ਵੀ ਆਪਾਂ ਭੇਜਦੇ ਆਪਾਂ ਸੋਚਦੇ ਵੀ ਇਹ ਗੁਰਦੁਆਰੇ ਚੱਲਿਆ ਆ ਤੇ ਗੁਰਦੁਆਰੇ ਸਭ ਤੋਂ ਸੁਰੱਖਿਅਤ ਥਾਂ ਆ, ਉੱਥੇ ਗੁਰੂ ਦਾ ਡਰ ਆ, ਗੁਰੂ ਦਾ ਭੈ ਆ ਲੋਕਾਂ ਨੂੰ। ਤੋਂ ਇਸ ਬਾਰੇ ਤੁਸੀਂ ਜ਼ਰੂਰ ਦੱਸੋ ਇਹ ਘਟਨਾ ਤੁਹਾਡੇ ਤੇ ਕਿੱਦਾਂ ਪਹੁੰਚੀ ਇਸ ਜੱਸੀ ਬਾਬੇ ਦੀ, ਔਰ ਜੱਸੀ ਬਾਬੇ ਨੇ जी ਕੀ ਕੀਤਾ, ਕੀ ਕਿਸੇ ਨੇ ਕੰਪਲੇਂਟ ਕੀਤੀ, ਇਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਦਰਸ਼ਕ ਦੇ ਸਰੋਤਿਆਂ ਨੂੰ ਜ਼ਰੂਰ ਤੁਸੀਂ ਸਾਂਝੀ ਕਰਾਓ, ਕਿਉਂਕਿ ਅਸੀਂ ਸਭ ਤੋਂ ਸੇਫ ਜਿਹੜੀ ਜਗ੍ਹਾ ਮੰਨਦੇ ਆ ਉਹ ਗੁਰਦੁਆਰੇ ਮੰਨਦੇ ਵੀ ਸਭ ਤੋਂ ਸੇਫ ਹੈ ਸਾਡੇ ਬੱਚਿਆਂ ਲਈ, ਸਾਡੇ ਪਰਿਵਾਰ ਲਈ, ਸਾਡੀ ਨੂੰਹ ਲਈ, ਸਾਡੀ ਧੀ ਲਈ। ਠੀਕ ਹੈ ਨਾ, ਹਰ ਜਗ੍ਹਾ ਇਹ ਸੋਚ ਕੇ ਕਿ ਹਰ ਇਨਸਾਨ ਆਪਣੇ ਦਿਮਾਗ 'ਚ ਉੱਥੇ ਬੱਚੇ ਜਾਂ ਆਪਣੇ ਪਰਿਵਾਰ ਮੈਂਬਰ ਨੂੰ ਕਿਸੇ ਨੂੰ ਘੱਲਦਾ। ਇਹਦੇ ਬਾਰੇ ਇਸ ਕੇਸ ਬਾਰੇ ਜੱਸੀ ਬਾਬੇ ਵਾਲੇ ਤੁਸੀਂ ਦੱਸੋ ਪੂਰਾ ਡਿਟੇਲ ਦੇ ਵਿੱਚ ਕੀ। ਮੰਗਲਵਾਰ ਨੂੰ ਸ਼ਾਮ ਨੂੰ 5:30 ਵਜੇ ਮੈਨੂੰ ਜਰਨਲਿਸਟ ਹੈਗੇ ਆ ਮੱਕੜ, ਉਹਨਾਂ ਦੀ ਕਾਲ ਆਈ ਸਿਮਰਨਜੋਤ ਮੱਕੜ, ਤਾਂ ਉਹਨਾਂ ਨੇ ਕਿਹਾ ਕਿ ਮੈਂ ਸਵੇਰ ਦਾ ਟਰਾਈ ਕਰ ਰਿਹਾ ਵੀ ਮੈਂ ਵੈਰੀਫਾਈ ਕਰ ਲਿਆ ਵੀ ਇਹ ਬੰਦਾ ਆ ਵੀ, ਬਟ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ, ਵੀ ਤੁਸੀਂ ਕੋਈ ਜੇ ਇਹਦੇ ਵਿੱਚ ਹੈਲਪ ਕਰ ਸਕਦੇ ਹੋ। ਮੈਂ ਕਿਹਾ ਵੀ ਮੈਂ ਇਸੇ ਚੀਜ਼ ਤੇ ਕੰਮ ਕਰਦੀ, ਤੁਸੀਂ ਮੈਨੂੰ ਇੱਕ ਵਾਰ ਵੀਡੀਓ ਸੈਂਡ ਕਰੋ, ਮੈਂ ਦੇਖਦੀ ਹਾਂ। ਉਹਨਾਂ ਨੇ ਮੈਨੂੰ ਵੀਡੀਓ ਭੇਜੀ ਤੇ ਵੀਡੀਓ ਮੇਰੇ ਤੋਂ ਨਹੀਂ ਦੇਖੀ ਗਈ, ਤੇ ਮੈਂ ਵੀਡੀਓ ਨਾਲ ਦੀ ਨਾਲ ਹੀ ਚਾਈਲਡ ਕਮਿਸ਼ਨ ਦੇ ਵਿੱਚ ਭੇਜੀ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇਹਦੀ ਕੰਪਲੇਂਟ ਬਣਾ ਕੇ ਕਰ ਦੇ, ਤੇ ਮੈਂ ਫਿਰ ਵੀਡੀਓ ਨੂੰ ਜਿਹੜੀ ਹੈਗੀ ਆ ਮਤਲਬ ਦੇਖਣਾ ਬੰਦ ਕਰਕੇ ਸਿਰਫ ਉਹਦੀਆਂ ਆਵਾਜ਼ਾਂ ਜੋ ਬੋਲ ਰਿਹਾ ਸੀਗਾ ਉਹਦੇ ਬੇਸਿਸ ਦੇ ਉੱਤੇ ਕੰਪਲੇਂਟ ਮੈਂ ਲਿਖੀ ਆਪਣੇ ਵੱਲੋਂ। ਪਹਿਲਾਂ ਮੈਂ ਚਾਈਲਡ ਕਮਿਸ਼ਨ ਨੂੰ ਕੰਪਲੇਂਟ ਲਿਖੀ, ਤਾਂ ਫਿਰ ਕਿਉਂਕਿ ਚਾਈਲਡ ਕਮਿਸ਼ਨ ਬੰਦ ਹੋ ਗਿਆ ਸੀਗਾ ਔਰ ਉਹ ਫਿਰ ਕੱਲ ਅਗਲੇ ਦਿਨ ਤੇ ਚਲਿਆ ਜਾਣਾ ਸੀਗਾ, ਪਰ ਜਦੋਂ ਇਹੋ ਜਿਹਾ ਕੁਝ ਦੇਖਿਆ ਤੇ ਮੈਨੂੰ ਲੱਗਿਆ ਵੀ ਬੱਚੇ ਦੀ ਸਿਕਿਉਰਿਟੀ ਮੋਰ ਇੰਪੋਰਟੈਂਟ ਹੈਗੀ ਹੈ ਵੀ ਸਵੇਰ ਤੱਕ, ਕਿਉਂਕਿ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਇਹੋ ਜਿਹੇ ਕੇਸਿਸ ਉੱਥੇ ਹੋਏ ਤੇ ਬੱਚੇ ਮਾਰ ਦਿੱਤੇ ਗਏ ਤੇ ਬੱਚਿਆਂ ਦਾ ਥਾਂ ਪਤਾ ਨਹੀਂ ਲੱਗਿਆ, ਕਿਉਂਕਿ ਇਹ ਇਨਫੋਰਮੇਸ਼ਨ ਵੀ ਅੰਦਰੋਂ ਹੀ ਕਿਸੇ ਨੇ ਪ੍ਰੋਵਾਈਡ ਕਰਾਈ ਸੀਗੀ, ਤੇ ਉਹ ਸੋਰਸਿਸ ਤੁਹਾਨੂੰ ਪਤਾ ਹੈ ਕਿ ਨਹੀਂ ਅਸੀਂ ਇਦਾਂ ਦੱਸ ਸਕਦੇ ਹੈਗੇ ਵੀ ਕਿੱਥੋਂ ਆਈ ਹੈ, ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਕਿ ਸੋਰਸਿਸ ਬਣਾ ਕੇ ਰੱਖੇ ਜਾ ਸਕਣ। ਤਾਂ ਫਿਰ ਜ਼ਰੂਰੀ ਹੋ ਗਿਆ ਕਿ ਬੱਚੇ ਨੂੰ ਪਹਿਲਾਂ ਸਿਕਿਉਰ ਕੀਤਾ ਜਾਵੇ, ਫਿਰ ਉਹ ਚਾਈਲਡ ਕਮਿਸ਼ਨਾਂ ਵਾਲਿਆਂ ਦੀ ਕਹਿਣ ਦੇ ਉੱਤੇ ਫਿਰ ਮੈਂ ਇੱਕ SSP ਨੂੰ ਲੈਟਰ ਲਿਖੀ ਜਿਹੜੀ ਮੈਂ DGP ਨੂੰ ਫਾਰਵਰਡ ਕਰ ਦਿੱਤੀ ਈਮੇਲ ਦੇ ਥਰੂ, ਔਰ ਚਾਈਲਡ ਕਮਿਸ਼ਨ ਨੂੰ ਪਲੱਸ SSP ਨੂੰ ਮੈਂ ਵਟਸਐਪ ਕਰ ਦਿੱਤੀ, ਤੇ ਪਰ ਫਿਰ ਵੀ ਮੈਨੂੰ ਕੁਛ ਨਾ ਜਦੋਂ ਲੱਗਿਆ ਹੁੰਦਾ ਤਾਂ ਮੈਂ ADGP ਰਾਏ ਸਾਹਿਬ ਹੈਗੇ ਨੇ ਮੈਂ ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਦੇ ਨਾਲ ਉਹ ਬੜੇ ਗੁਰਮੁਖ ਬੰਦੇ ਨੇ ਗੁਰਬਾਣੀ ਪੜ੍ਹਨ ਵਾਲੇ ਨੇ, ਤਾਂ ਮੈਂ ਉਹਨਾਂ ਨਾਲ ਗੱਲ ਸਾਂਝੀ ਕੀਤੀ ਤੇ ਮੇਰਾ ਚਲੋ ਰੋਣਾ ਨਿਕਲ ਗਿਆ ਦੇਖ ਕੇ। ਮੈਂ ਕਿਹਾ ਵੀ ਏਦਾਂ ਹੋ ਰਿਹਾ ਬੱਚੇ ਨਾਲ, ਆਈ ਜਸਟ ਵਾਂਟ ਕਿ ਪਲੀਜ਼ ਹੈਲਪ ਕਰੋ ਜਿਵੇਂ ਮਰਜ਼ੀ ਆ, ਤਾਂ ਉਹਨਾਂ ਨੇ SSP ਨੂੰ ਡਾਇਰੈਕਸ਼ਨਸ ਦਿੱਤੀਆਂ ਕਿ ਤੁਸੀਂ ਇਮੀਡੀਏਟਲੀ ਐਕਸ਼ਨ ਕਰੋ, ਤੇ ਫਿਰ SSP ਸਾਹਿਬ ਦੀ ਮੈਨੂੰ ਮਤਲਬ ਉਹਨਾਂ ਨੇ ਕੰਟੈਕਟ ਦਿੱਤਾ, ਮੈਂ SSP ਨੂੰ ਕਾਲ ਕੀਤੀ। SSP ਨੇ ਕਿਹਾ ਕਿ ਸਾਡੀ ਇਨਫੋਰਮੇਸ਼ਨ ਦੇ ਵਿੱਚ ਤਾਂ ਹੈਗਾ ਆ ਕੇਸ, ਬਟ ਦਿੱਕਤ ਇਹ ਹੈਗੀ ਆ ਕਿ ਕੋਈ ਕੰਪਲੇਨੈਂਟ ਨਹੀਂ ਹੈਗਾ, ਤੇ ਮੈਂ ਕਿਹਾ ਵੀ ਆਈ ਵਿਲ ਬੀ ਦੀ ਕੰਪਲੇਨੈਂਟ, ਤੁਸੀਂ ਕੰਪਲੇਂਟ ਸ਼ੁਰੂ ਕਰੋ, ਮੈਂ ਕੰਪਲੇਂਟ ਆਲਰੇਡੀ ਫਾਰਵਰਡ ਕਰਤੀ ਹੈ, ਜਿਹੜੀ ਕੰਪਲੇਂਟ ਦਿੱਤੀ ਹੈ ਤੁਸੀਂ ਇਹਨੂੰ ਕੰਪਲੇਂਟ ਬਣਾ ਲਓ, ਤੁਹਾਨੂੰ ਤਾਂ ਇਨਫੋਰਮੇਸ਼ਨ ਮਿਲ ਗਈ, ਤੁਸੀਂ ਕੋਗਨੀਜੈਂਸ ਲੈ ਲਓ। ਫਿਰ ਉਹਨਾਂ ਨੇ DSP ਹੈਗੇ ਨੇ ਜਸਜੋਤ, ਮੈਨੂੰ ਉਹਨਾਂ ਦਾ ਕੰਟੈਕਟ ਦੇਤਾ ਵੀ ਜਸਜੋਤ ਇਹਨੂੰ ਡੀਲ ਕਰਨਗੇ, ਜਸਜੋਤ ਨੂੰ ਉਹਨਾਂ ਨੇ ਇਨਸਟਰਕਸ਼ਨ ਦੇਤੀਆਂ ਕਿ ਤੁਸੀਂ ਇਮੀਡੀਏਟਲੀ ਇਹਦੇ ਉੱਤੇ ਕਾਰਵਾਈ ਕਰੋ, ਤਾਂ ਮੈਂ ਜਸਜੋਤ ਸਰ ਨੂੰ ਕਿਹਾ, ਮੈਂ ਕਿਹਾ ਸਰ ਮੈਂ ਆ ਜਾਂਦੀ ਹਾਂ ਵੀ ਕੋਈ ਚੱਕਰ ਨਹੀਂ ਗਾ, ਤੁਹਾਨੂੰ ਕੰਪਲੇਂਟ ਚਾਹੀਦਾ ਵੀ ਮੈਂ ਹੁਣੇ ਤੁਰ ਪਊਂਗੀ ਇੱਥੋਂ ਤੇ ਮੈਂ 2-3 ਘੰਟਿਆਂ ਦੇ ਵਿੱਚ ਪਹੁੰਚ ਜੂੰਗੀ ਵੀ ਨਾਟ ਅ ਬਿਗ ਡੀਲ ਵੀ ਮੈਨੂੰ, ਉਹ ਕਹਿੰਦੇ ਨਹੀਂ ਤੁਸੀਂ ਰਾਤ ਨੂੰ ਕਾਕੇ ਆਉਣਾ ਹੈ ਕਿਉਂਕਿ ਰਾਤ ਹੋ ਗਈ ਉਦੋਂ ਗੱਲ ਕਰਦੇ ਕਰਦੇ 9 ਵੱਜ ਗਏ ਰਾਤ ਦੇ। ਤੇ ਫਿਰ ਜਦੋਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਡੋਂਟ ਵਰੀ ਸਵੇਰ ਤੱਕ ਬੰਦਾ ਤੁਹਾਨੂੰ ਅਰੈਸਟ ਹੋਇਆ ਮਿਲੇਗਾ, ਚਲੋ ਮੈਂ ਇਹ ਪਲਾਨ ਕਰ ਲਿਆ ਕਿ ਮੈਂ ਅਰਲੀ ਮਾਰਨਿੰਗ ਜਿਹੜਾ ਹੈਗਾ ਆ ਉੱਥੇ ਪਹੁੰਚ ਜੂੰਗੀ, ਮੈਂ ਇਹ ਪਲਾਨ ਕਰਕੇ ਤੇ, ਪਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ, ਤੇ ਮੈਂ 1:10 ਵਜੇ ਪੁੱਛਿਆ ਤੇ ਉਹ ਕਹਿੰਦੇ ਕਾਰਵਾਈ ਕਰ ਰਹੀ ਆ, ਤੇ ਸਵੇਰੇ ਮੈਨੂੰ 7:30 ਵਜੇ ਫਿਰ ਜਸਜੋਤ ਸਰ ਦੀ ਕਾਲ ਆਈ DSP ਦੀ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੰਦਾ ਵੀ ਅਰੈਸਟ ਕਰ ਲਿਆ ਆ, ਬੱਚੇ ਦਾ ਵੀ ਪਤਾ ਕਰ ਲਿਆ ਔਰ ਬੱਚਾ ਵੀ ਸਿਕਿਉਰ ਕਰ ਲਿਆ, ਬੱਚਾ ਸੇਫ ਆ। ਦੈਨ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਵੀਡੀਓ 1 ਸਾਲ ਪੁਰਾਣੀ ਆ, 2 ਸਾਲ ਬੱਚੇ ਦੇ ਨਾਲ ਉਹ ਪਿਛਲੇ 3 ਸਾਲਾਂ ਤੋਂ ਇਹੋ ਜਿਹਾ ਕੋਈ ਕਰਮ ਕਰਦਾ ਆ ਰਿਹਾ ਆ, ਤੇ ਉਹਨੇ ਬੱਚੇ ਨੂੰ ਵੀਡੀਓ ਰਿਕਾਰਡ ਕਰਕੇ ਬੱਚੇ ਨੂੰ ਬਲੈਕਮੇਲ ਕਰਦਾ ਸੀ। ਅਸਲ ਦੇ ਵਿੱਚ ਬੱਚਾ ਉਹਦੇ ਕੋਲ ਸਿੱਖਣ ਜਾਂਦਾ ਸੀਗਾ ਕੀਰਤਨ, ਤੇ ਉਹ ਬੱਚਿਆਂ ਨੂੰ ਉਹ ਇਹਨੂੰ ਹੀ ਨਹੀਂ ਹੋਰ ਬੱਚਿਆਂ ਨੂੰ ਵੀ ਰੋਟੀ ਖਾਣ ਦੇ ਬਹਾਨੇ ਜਾਂ ਕੋਈ ਵੀ ਲਾਲਚ ਦੇ ਕੇ ਅੰਦਰ ਲੈ ਜਾਂਦਾ ਸੀਗਾ, ਤੇ ਫਿਰ ਬੱਚਿਆਂ ਦੇ ਨਾਲ ਉਹ ਗਲਤ ਕੰਮ ਕਰਦਾ ਸੀ। ਔਰ ਜਿਹੜੀ ਵੀਡੀਓ ਹੈਗੀ ਉਹਦੇ ਵਿੱਚ ਸਾਫ਼ ਜਿਹੜਾ ਹੈਗਾ ਉਹਦਾ ਚੋਲਾ ਟੰਗਿਆ ਹੋਇਆ ਦਿਖ ਰਿਹਾ ਆ,
साफ नानक सर ठाठ का जो है गुरुद्वारा और जो कमरा है वो भी प्रॉपर दिख रहा है। और जी जो शब्दावली वरत रहा कि इदा कर उदा कर वो इन्नी क वाहियात आ इन्नी क है कि ओदी अपनी साइकोलॉजी भी कितने ना कि जी दिखती आ। ये मैं एक गल एड ऑन करना चाहूंगी कि वो तो साफ पता लगता है कि यहोजे लोगों जदों धक्के नाल विआह ना करा के इन्हां दीआं जिहड़ियां ओह नैचुरल भावनावां ने उन्हां नूं दबिया जांदा है। सो ये कितने ना कितने ये मासूम बच्चों के उत्ते निकलदियां ने। सो ये प्रथा जिहड़ी है वो बहुत गलत प्रथा है जिहदे करके मासूम बच्चों का सॉफ्ट टारगेट जिहड़े भी बनते ने उन्हां दा नुकसान हुंदा है। तो ये प्रथा के खिलाफ मैनूं लगदा है कि सानूं वड्डे लैवल उत्ते कार्रवाई करनी जां इहदे खिलाफ एक मुहिम विढ़ण दी लोड़ हैगी आ। बिल्कुल, जिहड़ी तुसीं गल ते कीती ना, गुरु साहब नूं जी पता सी इह गल दा, क्यों गुरु साहब ने कहा भी गृहस्थी धर्म सब तों उपर आ, इसे गल करके कहा बिल्कुल सी। बिल्कुल 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 जी, गुरु साहब ने यही कहा भी गृहस्थ प्रधान, इसे करके कहा भी सब तों पहला जिहड़ा गृहस्थ है, सिर्फ जिहड़े अपने 8वें पातशाह आ उहनां दी उम्र छोटी होण करके बाकी सारे दे सारे जिहड़े साडे गुरु आ उह गृहस्थ आ, गृहस्थी धारण कीती उहनां ने। पर इह लोक जिहड़े आ रब का खौफ छड़ के, जिदा हुण तुसीं दस्सिया भैन जी भी वो आलमोस्ट 2-3 साल तो ये कर रहा सी, और जी इस कार का मुखी बाबा लखा आया कि जी बाबे लखे तक इनी जानकारी नहीं होगी वे ठाड़ च की हो रहा साडे च, उहदा गड़बई आ। ठीक है ना, सुनन दे विच जी यही आया है जो हाँ जी मतलब ये क्लियर आ गल सुनन दे विच कि ये रियलिटी आ कि ही वाज वेरी क्लोज टू बाबा लखा। ठाठ दे विच लगभग सारिया नूं पता सी कि ये बच्चों के नाल गलत करदा आ। सारे चंगी तरह सारा सच जानते सीगे। इसे करके जिहड़ी हैगी आ ये वीडियो भी इसे करके रिलीज की गई जदों किसी का जमीर जा गया। कहने हैं कि बार बार किसी नूं रब ने जां गुरबाणी ने लानत पाई होनी है भी तू गुरु ग्रंथ साहब के प्रकाश च रहिंदा आ, गुरु ग्रंथ साहब के प्रकाश के विच जां गुरबाणी के नाँ ते तुसीं रोटियां खाने हो ते तुसी एह जा कारा होण किवें दे रहे हो। सो ओदी जदों जमीर जागी ते ओदे हाथ वीडियो लगी तो उहने नाल दी नाल ए वीडियो जिहड़ी हैगी आ भेज के ओदे ते कारवाई करवाई।